ਮੁਲਤਾਨ ਦੀ ਜੰਗ ਨੂੰ ਫਤਿਹ ਕਰਨ ਵਿੱਚ ਸਰਦਾਰ ਹਰੀ ਸਿੰਘ ਨਲਵਾ, ਨਿਦਾਨ ਸਿੰਘ ਪੰਜ ਹੱਥਾ ਤੇ ਅਕਾਲੀ ਫੂਲਾ ਸਿੰਘ ਦਾ ਬੜਾ ਵੱਡਾ ਯੋਗਦਾਨ ਹੈ। ਮੁਲਤਾਨ ਦੀ ਜੰਗ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਸਹੀ ਉਲੇਖ ਸਾਨੂੰ ਜੰਗਨਾਮਾ ਮੁਲਤਾਨ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਜਿਹੜਾ ਉਸ ਵਿਅਕਤੀ ਨੇ ਲਿਖਿਆ ਜਿਹੜਾ ਦੁਸ਼ਮਣ ਦੀ ਫੌਜ ਦਾ ਸੀ ਅਫਗਾਨੀਆਂ ਦੀ ਫੌਜ ਦਾ ਮੁਖਬਰ ਸੀ ਤੇ ਸਿੱਖਾਂ ਦੀ ਫੌਜ ਵਿੱਚ ਆ ਰਲਿਆ ਸੀ ਭੇਸ ਬਦਲ ਕੇ। ਇੱਕ ਬੜਾ ਸੋਹਣਾ ਵਾਕਿਆ ਉਹਨੇ ਲਿਖਿਆ ਕਹਿੰਦਾ ਜਿਹੜੀ ਜਮਜਮਾ ਤੋਪ ਸੀ ਮੈਂ ਤੁਹਾਨੂੰ ਥੋੜਾ ਜਿਹਾ ਜਮਜਮਾ ਤੋਪ ਬਾਰੇ ਦੱਸ ਦੇਣਾ। ਜਮਜਮਾ ਤੋਪ ਅਹਿਮਦ ਸ਼ਾਹ ਅਬਦਾਲੀ ਨੇ ਬਣਵਾਈ ਸੀ ਕਹਿੰਦੇ ਨੇ ਜਦੋਂ ਇਹ ਤੋਪ ਅਹਿਮਦ ਸ਼ਾਹ ਅਬਦਾਲੀ ਨੇ ਬਣਾਈ ਤਾਂ ਨੇੜੇ ਤੇੜੇ ਸਾਰੇ ਇਲਾਕੇ ਦਾ ਸਾਰੀ ਏਰੀਏ ਦਾ ਜਿਹੜਾ ਧਾਤੂ ਦਾ ਸਮਾਨ ਸੀ ਉਹ ਖਤਮ ਹੋ ਗਿਆ ਸੀ ਗੱਡਿਆਂ ਦੇ ਗੱਡੇ ਲੱਦ ਕੇ ਇਹ ਜਿਹੜਾ ਸਮਾਨ ਸੀ ਜਿਹੜੇ ਧਾਤੂ ਦੇ ਜੋ ਪਦਾਰਤ ਸਨ ਇਹ ਅਬਦਾਲੀ ਕੋਲ ਲਿਜਾਏ ਗਏ ਤੇ ਉੱਥੇ ਇਸ ਤੋਪ ਦਾ ਨਿਰਮਾਣ ਹੋਇਆ ਬਹੁਤ ਭਾਰੀ ਤੋਪ ਸੀ ਉਸ ਜ਼ਮਾਨੇ ਦੀ ਸਭ ਤੋਂ ਵੱਡੀ ਸਭ ਤੋਂ ਖਤਰਨਾਕ ਸਭ ਤੋਂ ਭਾਰੀ ਤੇ ਸਭ ਤੋਂ ਵੱਧ ਮਾਰ ਵਾਲੀ ਤੇ ਦੁਸ਼ਮਣ ਦੇ ਪਿੰਜਰੇ ਪਿੰਜਰੇ ਉਡਾ ਦੇਣ ਵਾਲੀ ਤੋਪ ਸੀ ਜਿਹਦਾ ਨਾਮ ਸੀ ਜਮਜਮਾ ਤੋਪ ਉਸ ਤੋਂ ਬਾਅਦ ਅਹਿਮਦ ਸ਼ਾਹ ਅਦਾਲੀ ਤੋਂ ਬਾਅਦ ਇਸ ਤੋਪ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਇਆ ਤੇ ਸਿੱਖ ਲੜਾਈਆਂ ਦੇ ਵਿੱਚ ਜੰਗਾਂ ਜੁੱਦਾਂ ਦੇ ਵਿੱਚ ਇਸ ਤੋਪ ਦੀ ਵਰਤੋਂ ਬਹੁਤ ਜ਼ਿਆਦਾ ਕਰਿਆ ਕਰਦੇ ਸਨ ਉਹਨੇ ਲਿਖਿਆ ਹੈ ਕਹਿੰਦਾ ਤੋਪ ਦੇ ਗੋਲੇ ਸਾਡੀ ਫੌਜ ਤੇ ਜਿਹੜਾ ਦੁਸ਼ਮਣ ਦੀ ਜਿਹੜਾ ਆੜ ਰਲਿਆ ਸੀ ਉਨਾ ਦੀ ਫੌਸਟ ਦੀ ਅਫਗਾਨੀਆਂ ਤੇ ਤੋਪ ਦੇ ਗੋਲੇ ਕਹਿੰਦਾ ਜਾ ਰਾੜ ਦਿੰਦੇ ਸਨ ਸਾਰਿਆਂ ਨੂੰ ਕਹਿੰਦਾ ਤੋਪ ਦੇ ਗੋਲੇ ਚੱਲਦੇ ਚੱਲਦੇ ਬੰਦ ਹੋ ਗਏ ਆਵਾਜ਼ ਹੋਣੀ ਬੰਦ ਹੋ ਗਈ ਕਹਿੰਦਾ ਮੈਂ ਜਾ ਕੇ ਵੇਖਿਆ ਵੀ ਤੋਪ ਚੱਲ ਨਹੀਂ ਕਿਉਂ ਬੰਦ ਹੋ ਗਈ ਗੋਲੇ ਕਿਉਂ ਨਹੀਂ ਹੁਣ ਚੱਲਦੇ ਪਏ ਤੇ ਪਤਾ ਲੱਗਿਆ ਵੀ ਇੱਕ ਜਿਹੜਾ ਦੋ ਪਹੀਏ ਹੁੰਦੇ ਨੇ ਤੋਪ ਦੇ ਇੱਕ ਪਹੀਆ ਟੁੱਟ ਗਿਆ ਤੇ ਤੋਪਜੀ ਨੇ ਦਿਮਾਗ ਲਗਾਇਆ ਤੋਪਜੀ ਕਹਿੰਦਾ ਵੀ ਹੁਣ ਤੋਪ ਤਾਂ ਚੱਲੇਗੀ ਜਦੋਂ ਸਾਡੇ ਸਾਰਿਆਂ ਚੋਂ ਕੋਈ ਇੱਕ ਵਾਰੀ-ਵਾਰੀ ਆਪਾਂ ਆਵਾਂਗੇ ਤੇ ਤੋਪ ਦੇ ਪਹੀਏ ਦੇ ਥਾਂ ਤੇ ਆਪਣਾ ਮੋਢਾ ਲਾਵਾਂਗੇ ਤੇ ਫਿਰ ਤੋਪ ਚੱਲੇਗੀ ਪਰ ਯਾਦ ਰੱਖਿਓ ਜਿਹੜਾ ਵੀ ਮੋਢਾ ਲਾਏਗਾ ਉਹ ਬਚੇਗਾ ਨਹੀਂ ਉਹਦਾ ਸ਼ਰੀਰ ਤੁੰਬਾ-ਤੁੰਬਾ ਹੋ ਕੇ ਉੱਡ ਜਾਏਗਾ ਕਿਉਂਕਿ ਤੋਪ ਦੇ ਵਿੱਚ ਭਾਰ ਬਹੁਤ ਹੈ ਇਹਦਾ ਵਜ਼ਨ ਬਹੁਤ ਜ਼ਿਆਦਾ ਹੈ ਸਹਿ ਨਹੀਂ ਜਾਣਾ ਸ਼ਰੀਰ ਕਿਸੇ ਦਾ ਵੀ ਸਹਿ ਨਹੀਂ ਸਕਦਾ ਉਹ ਜਿਹੜਾ ਮੁਖਬਰ ਸੀ ਉਹਨੇ ਫਿਰ ਇਹ ਵੇਖਿਆ ਉਹ ਕਹਿੰਦਾ ਉਹ ਬੜਾ ਖੁਸ਼ ਹੋਇਆ ਉਹ ਕਹਿੰਦਾ ਵੀ ਜੰਗ 'ਚ ਚਲੋ ਜਾ ਕੇ ਤੇ ਲੜ ਲੈਂਦੇ ਨੇ ਵੀ ਹੁਣ ਤੁੰਬਾ ਤੁੰਬਾ ਆਪਣੇ ਸਰੀਰ ਦਾ ਕਿਹੜਾ ਕਰਾਵੇ ਵੀ ਤੋਪ ਉਥੇ ਮੋਢਾ ਲਾ ਕੇ ਪਈਏ ਦੀ ਥਾਂ ਤੇ ਉਹ ਕਹਿੰਦਾ ਮੈਂ ਜਦੋਂ ਕੋਲਜੀ ਜਾਇਆ ਨਾ ਉਥੇ ਹੱਲਾ ਜਮੱਚਿਆ ਪਿਆ ਸੀ ਹੜਬੜੀ ਜੀ ਮੱਚੀ ਪਈ ਮੈਨੂੰ ਲੱਗਾ ਵੀ ਇਹ ਡਰਦੇ ਨੇ ਵੀ ਤੂੰ ਜਾ ਤੂੰ ਅੱਗੇ ਜਾ ਤੂੰ ਮੋਢਾ ਲਾ ਤੂੰ ਅੱਗੇ ਹੋ ਜਿਵੇਂ ਹੁੰਦਾ ਨਾ ਮੋਢੀ ਆਪ ਅੱਜ ਦੇ ਟਾਈਮ ਦੇ ਵਿੱਚ ਕੀ ਹੁੰਦਾ ਮੋਢੀ ਪਿੱਛੇ ਹੋ ਜਾਂਦਾ ਜਿਹੜੇ ਪਿਛਲੇ ਫੌਜੀ ਫੌਜੀ ਹੁੰਦੇ ਨੇ ਜਾਂ ਉਹਦੇ ਕੋਈ ਸਾਥੀ ਹੁੰਦੇ ਨੇ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਅੱਗੇ ਲਾ ਦਿੰਦਾ ਉਹ ਬੜਾ ਖੁਸ਼ ਸੀ ਉਹ ਕਹਿੰਦਾ ਵੀ ਸਿੱਖ ਡਰਦੇ ਪਏ ਨੇ ਤੂੰ ਅੱਗੇ ਜਾ ਤੂੰ ਅੱਗੇ ਜਾ ਕਹਿੰਦਾ ਮੈਂ ਜਦੋਂ ਜਾ ਕੇ ਗੌਰ ਨਾਲ ਦੇਖਿਆ ਇਹ ਪਤਾ ਕੀ ਕਹਿੰਦੇ ਪਏ ਸਨ ਇਹ ਕਹਿੰਦੇ ਪਏ ਸਨ ਮੈਂ ਅੱਗੇ ਜਾਊਂਗਾ ਪਹਿਲਾ ਮੋੜਾ ਮੈਂ ਲਾਊਂਗਾ ਦੂਜਾ ਕਹਿੰਦਾ ਨਹੀਂ ਪਹਿਲਾ ਮੋੜਾ ਮੈਂ ਲਾਊਂਗਾ ਤੀਜਾ ਕਹਿੰਦਾ ਨਹੀਂ ਪਹਿਲਾ ਮੋੜਾ ਮੈਂ ਲਾਊਂਗਾ ਫਿਰ ਉੱਥੇ ਕੌਮ ਦਾ ਜਥੇਦਾਰ ਆਇਆ ਉਹਨਾਂ ਸਾਰਿਆਂ ਦਾ ਸਿਪੇ ਸਲਾਰ ਜਥੇਦਾਰ ਆਇਆ ਉਹ ਕਹਿੰਦਾ ਤੁਹਾਡਾ ਜਥੇਦਾਰ ਕੌਣ ਹੈ ਕਹਿੰਦੇ ਜੀ ਤੁਸੀਂ ਕਹਿੰਦੇ ਫਿਰ ਬਸ ਪਹਿਲਾ ਜਥੇਦਾਰ ਜਦੋਂ ਤੁਹਾਡਾ ਜਥੇਦਾਰ ਹੀ ਮੈਂ ਆ ਤਾਂ ਪਹਿਲਾ ਜਿਹੜਾ ਮੋਢਾ ਹੈ ਉਹ ਜਥੇਦਾਰ ਲਾਏਗਾ ਇਹ ਹੁੰਦੇ ਨੇ ਜਥੇਦਾਰ ਇਹ ਲੀਡਰਸ਼ਿਪ ਦੀ ਕੁਆਲਿਟੀ ਹੈ ਅੱਜ ਦੇ ਜਥੇਦਾਰਾਂ ਵਾਂਗੂ ਨਹੀਂ ਅੱਜ ਦੇ ਆਗੂਆਂ ਵਾਂਗੂ ਨਹੀਂ ਮਾਵਾ ਤੇ ਪੁੱਤ ਮਰਵਾ ਕੇ ਆਪ ਘਰ ਆ ਕੇ ਬਹਿ ਜਾਂਦੇ ਨੇ ਉਹ ਪਹਿਲਾਂ ਅੱਗੇ ਲੱਗੇ ਤੇ ਫਿਰ ਮਾਵਾ ਤੇ ਪੁੱਤ ਉਹਨਾਂ ਦੇ ਮਗਰ ਲੱਗੇ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਗੱਲ ਕਰਦੇ ਆਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਆਪਾਂ ਗੱਲ ਕਰਦੇ ਆਂ ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਕੀ ਸੀ ਤੇ ਅੱਜ ਦੇ ਲੋਕਾਂ ਦੀ ਲੀਡਰਸ਼ਿਪ ਕੁਆਲਿਟੀ ਕੀ ਹੈ ਬਿਲਕੁਲ ਜ਼ੀਰੋ ਹੈ ਮਾਵਾ ਤੇ ਪੁੱਤ ਪਿੱਛੇ ਉਹਨਾਂ ਦੇ ਲੱਗੇ ਕਿਉਂਕਿ ਬਾਬਾ ਜਰਨੈਲ ਸਿੰਘ ਅੱਗੇ ਲੱਗੇ ਸਨ ਸਾਰੀ ਕੌਮ ਪਿੱਛੇ ਲੱਗੀ ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਲੱਗੇ ਸਨ ਸ਼ੇਰ ਦੇ ਪਿੱਛੇ ਸਾਰੇ ਲੱਗੇ ਅੱਜ ਸ਼ੇਰ ਪਿੱਛੇ ਨੇ ਭੇਡਾਂ ਬੱਕਰੀਆਂ ਅੱਗੇ ਨੇ ਚਲੋ ਜਿਹੜੀ ਮੈਂ ਗੱਲ ਕਰਦਾ ਪਿਆ ਹੁਣ ਉਹ ਇੰਨਾ ਜਿਹੜਾ ਦ੍ਰਿਸ਼ ਸੀ ਨਾ ਉਹ ਵੇਖ ਕੇ ਉਹ ਹੈਰਾਨ ਹੋ ਗਿਆ ਕਹਿੰਦਾ ਇੰਨਾ ਜਜ਼ਬਾ ਇਸ ਕੌਮ ਦੇ ਵਿੱਚ ਇਸ ਧਰਮ ਦੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਜਜ਼ਬਾ ਉਹ ਕਹਿੰਦਾ ਮੇਰਾ ਦਿਲ ਕਰੇ ਵੀ ਸੈਯਦ ਤੂੰ ਸਿੱਖ ਦੇ ਭੇਸ ਦੇ ਵਿੱਚ ਬੈਠਾ ਹੈ ਇੱਥੇ ਖੜਾ ਹੈ ਇਹਨਾਂ ਦੇ ਕੋਲ ਹੈ ਤੂੰ ਵੀ ਜਾ ਕੇ ਮੋਢਾ ਲਾ ਦੇ ਹੋ ਸਕਦਾ ਜਿੰਨੇ ਤੂੰ ਪਾਪ ਕੀਤੇ ਨੇ ਸਾਰੇ ਪਾਪ ਹੀ ਤੇਰੇ ਘਟ ਜਾਣ ਜਿੰਦਗੀ ਤੇਰੀ ਲੇਖੇ ਲੱਗ ਜੇਗੀ ਜਾ ਕੇ ਮੋਢਾ ਲਾ ਦੇ ਉਹ ਕਹਿੰਦਾ ਮੈਂ ਮੋਢਾ ਲਾਣ ਵਾਸਤੇ ਅੱਗੇ ਵਧਿਆ ਉਹ ਉਹ ਫਿਰ ਉਹਨੇ ਸੋਚਿਆ ਕਹਿੰਦਾ ਜੇ ਅੱਜ ਮੈਂ ਮੋਢਾ ਲਾਤਾ ਤੇ ਜਿਹੜੀ ਇਹ ਚੀਜ਼ ਮੈਂ ਆਪਣੀ ਅੱਖਾਂ ਨਾਲ ਵੇਖੀ ਹੈ ਇਹ ਜਿਹੜਾ ਵਾਰਤਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਹੈ ਇਹਦਾ ਇਤਿਹਾਸ ਆਉਣ ਵਾਲੀ ਪੀੜ੍ਹੀਆਂ ਨੂੰ ਕੌਣ ਦੱਸੇਗਾ ਇਸ ਕਰਕੇ ਮੈਂ ਮੋੜਾ ਨਹੀਂ ਲਾਵਾਂਗਾ ਮੈਂ ਇਹਦਾ ਇਤਿਹਾਸ ਅੱਗੇ ਤੱਕ ਦੱਸਾਂਗਾ ਜੰਗਨਾਮਾ ਮੁਲਤਾਨ ਅੱਜ ਜੇ ਤੁਸੀਂ ਪੜ੍ਹੋ ਤਾਂ ਸੀਨਾ ਜਿਹੜਾ ਏ ਉਹ ਧਰਮ ਦੇ ਨਾਲ ਇੰਨਾ ਜ਼ਿਆਦਾ ਉੱਸਾ ਆ ਜਾਂਦਾ ਹੈ ਕਿ ਸਾਡੇ ਆਗੂਆਂ ਦੀ ਉਹ ਲੀਡਰਸ਼ਿਪ